ਮੈਂ ਸਮਝਦਾ ਕਿ RSS ਅੱਜ ਜੋ ਕੰਮ ਕਰ ਰਹੀ ਹੈ ਉਹ ਦੇਸ਼ ਨੂੰ ਜੋੜਨ ਵਾਲਾ ਨਹੀਂ ਤੋੜਨ ਵਾਲਾ ਹੀ ਕੰਮ ਹੈ ਜੀ। ਤੁਸੀਂ ਤੁਹਾਡੇ ਬਿਆਨ ਆਇਆ ਸੀ RSS ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਲੱਗਣੀ ਚਾਹੀਦੀ ਹੈ, ਲੱਗਣੀ ਚਾਹੀਦੀ ਹੈ ਜੀ। ਪਰ ਇੱਕ ਅਖਬਾਰ ਦੇ ਵਿੱਚ ਤੁਸੀਂ ਸਿੱਖ ਪ੍ਰਚਾਰਕਾਂ ਨੂੰ ਕਹਿੰਦੇ ਪਏ ਹੋ ਕਿ RSS ਉਹ ਸਾਰੀ ਮੇਰੀ ਅਮਰੀਕਾ ਦੀ ਇੰਟਰਵਿਊ 'ਚ ਤੁਹਾਡੇ ਪੱਤਰਕਾਰ ਨੇ ਕਿਸੇ ਨੇ ਗਲਤ ਜਿਹੜਾ ਕੱਢ ਲਿਆ ਗਿਆ ਤਾਂ ਮੈਂ ਕੀ ਕਰਾਂ। ਉਹ ਪੋਜ਼ਿਟਿਵ, ਸਾਰੀ ਖਬਰ ਪੋਜ਼ਿਟਿਵ ਹੈ, ਉਹ ਸਾਰਾ ਉਵੇਂ ਲਿਖਿਆ। ਉਹ ਜਿਸ ਤਰੀਕੇ ਦੇ ਨਾਲ ਜਿਸ ਉਹ ਕੰਮ ਕਰਦੇ ਨੇ, ਜਿਵੇਂ ਪ੍ਰਚਾਰਕ ਉਹਨਾਂ ਦੇ ਆਪਦੀ ਸੰਸਥਾ ਦੇ ਪ੍ਰਤੀ ਡੈਡੀਕੇਟ ਨੇ, ਉਵੇਂ ਮੇਰਾ ਕਹਿਣਾ ਸੀ ਕਿ ਪ੍ਰਚਾਰਕ ਆਪਣੇ ਧਰਮ ਪ੍ਰਤੀ, ਸਿੱਖ ਪ੍ਰਚਾਰਕ ਆਪਣੀ ਵਿਚਾਰਧਾਰਾ ਪ੍ਰਤੀ, ਆਪਣੀ ਮਰਿਆਦਾ ਪ੍ਰਤੀ ਉਹ ਸਮਰਪਿਤ ਹੋਣ। ਦੇਖੋ ਜੀ, ਮੈਂ ਸਮਝਦਾ ਕਿ RSS ਅੱਜ ਜੋ ਕੰਮ ਕਰ ਰਹੀ ਹੈ ਉਹ ਦੇਸ਼ ਨੂੰ ਜੋੜਨ ਵਾਲਾ ਨਹੀਂ ਤੋੜਨ ਵਾਲਾ ਹੀ ਕੰਮ ਹੈ ਜੀ। ਇਸ ਕਿਸਮ ਦੇ ਖਾਸ ਤੌਰ 'ਤੇ ਜਿਹੜੇ ਬਿਆਨ ਹੈ ਆ ਰਹੇ ਨੇ ਉਹ ਦੇਸ਼ ਦੇ ਹਿੱਤ 'ਚ ਨਹੀਂ ਹੈ, ਅਤੇ ਸਰਕਾਰ ਜਿਹੜੀ ਹੈ, ਭਾਰਤ ਸਰਕਾਰ ਜਿਹੜੀ ਹੈ, ਉਹਨੂੰ ਥੋੜ੍ਹਾ ਬਹੁਤਾ ਉਹਦੇ 'ਤੇ ਲਗਾਮ ਕੱਸਣੀ ਚਾਹੀਦੀ। ਸਰਕਾਰ ਵਾਸਤੇ ਜੋ ਕੰਮ ਕਰਦੀ ਹੈ ਮੋਦੀ ਸਾਹਿਬ ਜੀ ਦੇ ਨਾਲ ਹੀ ਹੈ ਜੀ, ਸਿੱਧੇ ਨੂੰ ਮਾਰਦਾ ਰਸਤਾ ਜਿੱਦਾਂ, ਅਤੇ ਫਿਰ ਇਹ ਦੇਸ਼ ਦੇ ਹਿੱਤ 'ਚ ਨਹੀਂ ਹੈ। ਦੇਸ਼ ਖਰਾਬ ਹੋਊਗਾ, ਦੇਸ਼ ਬਰਬਾਦ ਹੋਊਗਾ, ਫਿਰ ਸਰਕਾਰ ਜ਼ਿੰਮੇਵਾਰ ਹੈ। देखिए, मेरी बात सुनी, जो उन्होंने बयान दिया मैं उसके साथ सहमत हूँ कि कम्युनल लाइंस पर कभी भी देश नहीं चल सकता। हमारा एक गुलदस्ता है हिंदुस्तान, इसमें वक्त वक्त जो धर्मों के लोग हैं उनको उखाड़ने की RSS को कभी आगे नहीं हम देंगे। हम उस पे नहीं बात करेंगे, वो अकाल तख्त साहब जो करते हैं उन पे कोई टिप्पणी नहीं होती और मैं टिप्पणी नहीं करने वाला। वो जो उन्होंने कहा है वो बाकी विद्वानों को देखने, तो मैं नहीं इसको बात करूँ।